ਮੇਰੀ ਉਹ ਜਿਹੜੀ ਮੁੰਡਾ ਵੀ ਕੀਤਾ ਕੀ ਨਾ ਜੇ ਉਹ ਤੂੰ ਜੋ ਸਭ ਕੁਝ ਕੀਤਾ ਜਿਹੜਾ ਤੂੰ ਚਾਹੁੰਦਾ ਸ਼ੋਹਰਤ ਇੱਜ਼ਤ ਮੈਂ ਲੈਗਾ ਕਸਮ ਖੁਦਾ ਕੀ ਚੱਲ ਜਾਏ ਪੰਜਾਬ ਕੋ ਇਸ ਗੂਗਲ ਆਵਾਜ਼ ਦਾ ਤੋ ਕੋਈ ਵੀ ਚਾਹਤ ਸੇ ਵੀ ਹਕੂਕ ਅੱਲਾ ਸੇ ਦਾਖਲ ਨਾ ਹੋਗਾ। ਉਹ ਕਹਿੰਦਾ ਮੈਨੂੰ ਜੇ ਹਕੂਕ ਅੱਲਾ ਮੰਨ ਲਿਆ ਮੈਂ ਤੈਨੂੰ ਮਾਫ਼ੀ ਦੇ ਦੂੰਗਾ, ਲੇਕਿਨ ਜਿਹੜੇ ਬਾਅਦ ਚ ਮੰਨ ਲੈਣਾ ਜੇ ਸਰ ਕਰ ਦਿੱਤੇ ਆ ਦਿਖਾਇਓ ਜਿਹੜੀ ਇਹਦੇ ਸ਼ਰਾਂ ਦੇ ਨਾਲ ਕੈਮਰੇ ਹੱਲ ਕਰਕੇ ਨਾ ਇਹ ਕੱਢ ਗਿਆ ਇਹ ਹੱਕ ਉਹਨੂੰ ਹੀ ਦੇ ਬਾਹਰ ਨਾ ਕੱਢ ਜੇ ਬਾਹਰ ਕੱਢਣਾ ਤੇ ਗੁਨਾਹ ਦਾ ਦੁਨਾ ਇਸ ਤੋਂ ਹਕੂਕ ਨਹੀਂ ਨਾ ਤੂੰ ਉਹਦੇ ਕਰ ਰਿਹਾ ਨਾ ਮੇਰੇ ਕਰ ਰਿਹਾ ਗੁਨਾਹ ਦੀ ਜ਼ਿੰਦਗੀ ਬਸਰ ਕਰ ਦੇ ਬੈਠੀ ਲਾਉਣ ਵਾਲੀ ਅਸੀਂ ਉਹੀ ਉਹ ਕਹਿੰਦਾ ਮੇਰੇ ਕਦੇ ਹੈ ਲੇਕਿਨ ਜਿਹੜਾ ਤੈਨੂੰ ਮੈਂ ਦੇ ਦਿੱਤਾ ਤੈਨੂੰ ਵਸਾਫਤ ਮੁਸਾਫਤ ਬਹੁਤਾ ਦਿੱਤਾ ਤੇਰੇ ਨਾਲ ਦਾ ਤੇਰਾ ਸਾਥੀ ਇਧਰੋਂ ਤੂੰ ਭਲਾ ਕਰਕੇ ਹਟਦਾ ਵਾ ਉਦੋਂ ਤੂੰ ਟੋਇਆ ਕੱਢਿਆ ਹੁੰਦਾ ਜਿਹੜੀ ਬੜੀ ਸੋਚਣ ਵਾਲੀ ਗੱਲ ਹੈ ਅਸੀਂ ਕੁਰਬਾਨੀ ਕਰ ਰਹੇ ਹਾਂ ਜਾਨਵਰ ਜਿਹੜਾ ਵੀ ਕਿੱਥੋਂ ਆਉਂਦਾ ਵਾਹ 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 ਫਿਰ ਉਹਦੇ ਤੁਸੀਂ ਰਿਆਕਾਰੀ ਕਰ ਜਿਹੜੀ ਤੋਂ ਮੈਂ ਕਹਿ ਰਿਹਾ ਬਹੁਤ ਸਹੀ ਆ
ਇੰਨਾ ਨਵਾਜਿਆ, ਇੰਨਾ ਨਵਾਜਿਆ, ਕੁਰਬਾਨੀਆਂ 6 ਲੱਖ ਦੀਆਂ ਲਈਆਂ, ਮੇਰੇ ਵਰਗਾ ਚਲਾ ਗਿਆ ਯਾਰ, ਬੱਚਿਆਂ ਨੇ ਕੱਪੜੇ ਨਹੀਂ ਲਏ ਅਤੇ ਬੋਲ ਦੀ ਮਦਦ ਲਈ ਜਾ ਰਹੇ ਦੱਸਦੀ ਜਾ ਰਹੀ। ਅੱਛਾ ਕੱਲ੍ਹ ਨੂੰ ਅਸੀਂ ਈਦ ਹੈਗੀ ਆ, ਤੈਨੂੰ ਗੋਸ਼ਤ ਦੇ ਦਿਆਂਗੇ ਸਾਰਿਆ। ਇਹ ਤੇ ਉਹ ਜਿੰਨੇ ਹੈਗਾ ਸੀ, ਜਿੰਨੇ ਤੈਨੂੰ ਦਿੱਤਾ ਸੀ ਉਹਨੇ ਹੀ ਦਿੱਤਾ ਤੈਨੂੰ, ਇਹ ਉਹਦੇ ਰੂਪ 'ਚ ਉਹ ਆਇਆ ਵਾ। ਤੂੰ ਹੁਣ ਤੇਰੇ ਅੱਗੇ ਸਸਤੇ ਸਵਾਲ ਕੀਤਾ, ਤੂੰ ਦੱਸ ਕੀ ਕਰ ਰਿਹਾ? ਉਹਨੇ ਉਹਦੇ ਦੇ ਜਿਹੜੇ ਦਿੱਤੀ ਕੱਲ੍ਹ ਨੂੰ ਆ ਗਈ, ਫਿਰ ਉਹਦੇ ਵਿੱਚੋਂ ਜਿਹੜਾ ਉਹ ਦੇਣਾ ਨਾ ਮੁੱਢ ਭਰ ਗਏ ਉਹਨੂੰ, ਲੈ ਆਲਾ ਅੱਲਾ ਦੇ ਰਾਹ ਤੇ ਰਸਤਾ ਕਰਨਾ, ਲੈ ਤਾਂ ਤੇਰਾ ਇਹਦਾ ਵੀ ਤੇਰਾ ਹੀ ਤੇਰੀ ਦਿੱਤਾ, ਜਾਂ ਇਸ ਤੋਂ ਬਾਅਦ ਤੂੰ ਹੁਣ ਚਾਹਣਾ ਕਰੀ ਸੈਨ ਨਹੀਂ ਕੀਤਾ। ਉਹ ਫਿਰ ਜਦੋਂ ਉਹਨਾਂ ਨੂੰ ਆ ਗਿਆ ਜਾਂਦਾ ਨਾ, ਫਿਰ ਉਹ ਸਿੱਧਾ ਰਹਿ ਕੇ ਕਰੀ ਦਿੱਤਾ ਉਹਨੂੰ ਵੀ, ਦੇ ਤੁਹਾਨੂੰ ਪਤਾ ਕਿ ਮੈਨੂੰ ਰੱਬ ਨੇ ਇੱਦਾਂ ਕਮਾ ਗਿਆ। ਉਹ ਫਿਰ ਤੱਕੇ ਕੁਲਾਲ ਉਹਨੂੰ ਕਹਿੰਦਾ ਯਾਰ ਠਹਿਰਕਾ, ਇਹਨੂੰ ਬਿਠਾਓ ਯਾਰ, ਇਹਨੂੰ ਤੇਰੇ ਕਮਰੇ 'ਚ ਬਿਠਾਓ, ਇਹਨੂੰ ਆਪ ਦਵਾਓ। ਉਹ ਜਦੋਂ ਸਭ ਨਸ ਨੂੰ ਜੀ ਆਉਂਦੇ ਆ, ਕਹਿੰਦਾ ਲੈ ਯਾਰ ਕੱਦੀ ਨਾ ਕਿਸੇ ਨੂੰ, ਇਹਨੇ ਵੀ ਜੋਗਾ ਖਾਨਾ ਜਾਲ ਲੱਗ ਰਹੀ ਭੂਤ ਪਹਿਲਾਂ ਬਾਤ ਮੇਰੇ ਹਕੂ ਕੇ ਅੱਲਾ ਦੇ ਨਾਲ ਪਿਆਰ ਕਰਕੇ ਬਾਤ ਕਰ, ਜੇ ਮੈਂ ਤੈਨੂੰ ਕਿਸੇ ਦਾ ਮੁਹਤਾਜ ਕਰ ਦੂੰ, ਮੈਨੂੰ ਰੱਬ ਕਹਿਣਾ ਚਾਹੁੰਦੀ ਤੇ ਕਿਹੜਾ ਕਰਨ ਡਿਆ ਜੀ, ਸਿੱਖੀਆਂ ਕਰਨ ਡਏ ਆ ਆਪਾਂ। ਖੜਕੇ ਦਾ ਖਾਨੇ ਖਾਨੇ ਤੁਸੀਂ ਭਾਈ ਹੋਣਾ ਦੱਸਿਆ ਨੀ, ਬਸ ਕੁਰਾਨ ਨੂੰ ਪੜ੍ਹਾ ਕੀ ਸਿੱਖਿਆ ਇਹ ਕਹਿੰਦਾ ਪਤਾ, ਪੜ੍ਹਦੀ ਤਾਂ ਫਿਰ ਸਾਰੀ ਦੁਨੀਆ ਹੀ ਪਈ ਹੈਗੀ ਆ ਯਾਰ, ਗੱਲ ਤੇ ਆ ਸਿੱਖ ਨਾ ਜਾਵੇ। ਇੱਥੇ ਸਿੱਖ ਬਣਾ ਲਿਆ ਇਹਨਾਂ ਨੇ ਫਿਲਮਾਂ ਵਾਲੇ ਏਡੇ ਏਡੇ, ਜਿਹਨਾਂ ਨੇ ਇੰਜ ਇੰਜ ਉਹ ਕਹਿੰਦਾ ਇੱਥੋਂ ਸਿੱਖ, ਇੱਥੋਂ ਮੈਂ ਹਿੰਦੂ, ਇੱਥੋਂ ਮੈਂ ਮੁਸਲਮਾਨ, ਮੈਂ ਕਹਿਣ ਡਿਆ ਵਾ। ਉਹ ਕਹਿੰਦਾ ਪੰਜ ਦਿਨ ਦਾ ਮੈਂ ਗੁਰੂ ਅਤੇ ਗੁਰੂ ਨਾਨਕ ਮੇਰਾ ਨਾਂ। ਹਾਂਜੀ ਤੇਰਾ ਨਾਮ ਹੈ।
ਇੱਕ ਤਰਫ ਮੈਂ ਕਦਾ ਮੁੰਡੇ ਯਾਦ ਨਹੀਂ ਹੱਥੀ ਦੇ ਲਈ ਮੁੰਡੇ ਇਨਸਾਨ ਕਿਆ ਹੈ ਮੈਂ ਹਾਂ ਕੇ ਆਪਣੇ ਕੋਲੋਂ ਕਰ ਰਿਹਾ ਅਗਰ ਸਿਹਤ ਤੁਹਾਨੂੰ ਸੁਣਾਉਣਾ ਉਹਨੇ ਲੱਗ ਜੂਗੀ ਤੁਸੀਂ ਇਹ ਕਰੋ ਜਿਹੜਾ ਮੈਂ ਕਰਨ ਦਿਆਂ ਤੁਹਾਡਾ ਗੱਲ ਕੁਰਾਨ ਅਸਰ ਰੱਖਦੇ ਨੇ ਉਹਨੂੰ ਮਾਲਕ ਦਾ ਜ਼ਿਕਰ ਕਰਦੇ ਆ ਤੁਹਾਡੇ ਮੂੰਹ ਨਿਕਲ ਗਈ ਕੋਈ ਮੇਰੇ ਮੂੰਹ ਨਿਕਲ ਗਈ ਕੋਈ ਕਿਸੇ ਦੇ ਮੂੰਹ ਨਿਕਲ ਗਈ ਤਸਲਸਲ ਨਹੀਂ ਹੈ ਨਾ ਜੇ ਕਿਸੇ ਦਾ ਤਸਲਸਲ ਹੀ ਤੋੜ ਦਿੱਤਾ ਜਾਵੇ ਫਿਰ ਅੱਗੇ ਤੋਂ ਬਾਤ ਕਰੂੰਗੀ ਨਮਾਜ਼ ਸਾਨੂੰ ਕੱਲ੍ਹ ਮਿਲੀ ਆ ਉਹ ਸਹੀ ਕਹਿ ਰਿਹਾ ਪਤਾ ਮੌਲਵੀਆਂ ਨੂੰ ਵੀ ਆ ਤੇ ਉਹਨੂੰ ਦੱਸਣਗੇ ਨਹੀਂ ਕਿਉਂਕਿ ਉਹਨਾਂ ਕੋਲ ਪਾਵਰ ਹੈ ਨਹੀਂ ਉਹਨਾਂ ਕੋਲ ਜਿਹੜੀ ਪਾਵਰ ਹੈ ਨਾ ਜਿਹੜੀ ਸਰਕਾਰ ਨੇ ਹੁਣ ਜ਼ੋਰ ਜੋੜ ਦਿੱਤਾ ਵਾ ਇਸ ਤੋਂ ਹਟ ਕੇ ਉਹ ਗੱਲ ਨਹੀਂ ਕਰ ਸਕਦੇ ਉਸਕੋ ਹੀ ਮਿਲਣੀ ਹੈ ਜਿਸਨੇ ਪ੍ਰਚਾਰ ਕਰਨੀ ਹੈ ਉਸਕੋ ਯਾਦ ਕਰਨਾ ਹੈ ਫਿਰ ਉਸਨੇ ਤਰੀਕਤ ਦੇਣੀ ਹੈ ਕੋਈ ਨਮਾਜ਼ ਨਹੀਂ ਸੀ ਕਿਉਂ ਜੋ ਵੀ ਆਤਾ ਥਾ ਮਹਿਬੂਬ ਕੇ ਜ਼ਰੂਰ ਪੜ੍ਹਤਾ ਥਾ ਉਸ ਕਾ ਚਿਹਰਾ ਦੇਖਤਾ ਥਾ ਚਲੇ ਜਾਤਾ ਥਾ ਉਸਕਾ ਨਾਮ ਸਹਾਫੀ ਹੋਣਾ ਜਦੋਂ ਮਿਲਾਜ ਕਰਕੇ ਆਏ ਨੇ ਨਾ ਉੱਥੇ ਮੇਰੇ ਤੋਹਫੇ ਲੈ ਕੇ ਆਏ ਆ ਫਿਰ ਲੈ ਯਾਰ ਉਹਨਾਂ ਨੂੰ ਬਚਾ ਲਿਆ ਵੀ ਜਾਵੇ ਉਹ ਤੋਹਫਾ ਫਿਰ ਮਾਲਕ ਨੇ ਕਿਹਾ ਵਾ ਕਿ ਨਕਲ ਮਕਾਨੀ ਮਹਿਬੂਬ ਜੀ ਕਰਨੀ ਆ ਕੋਸ਼ਿਸ਼ ਕਰਨੀ ਆ ਕਿਤੇ ਨਕਲ ਮਕਾਨੀ 'ਚੋਂ ਕਿਤੇ ਅਸਲ ਵੀ ਪ੍ਰਭਾਵ ਰਹੇ ਨਕਲ ਮਕਾਨੀ ਜ਼ਰੂਰੀ ਆ ਪਰ ਜਿਹੜਾ ਜੋ ਮਤਲਬ ਸਾਰੀਆਂ ਤੋਂ ਬਾਅਦ ਆਉਣ ਨੂੰ ਜਿਹਦਾ ਨਾਮ ਬਾਦਸ਼ਾਹ ਲਾਹੀ ਆ ਸਾਡੀ ਉਹ ਜਿਹੜੀ ਪੜ੍ਹੀ ਹੈ ਨਾ ਪੰਜ ਟਾਈਮ ਪਿੱਛੇ ਔਰ ਅੱਜ ਦੀ ਜਿਹੜੀ ਉਹ ਨਾ ਅਮਾਦਤ ਜੀ ਬਦਲ ਰਹੀ ਆ ਅਗਰ ਉਹਦੇ ਕਹਿੰਦੇ ਤਸਦੀਕ ਦੇ ਤੁਹਾਨੂੰ ਜਾਣਦੇ ਸੀ 2 ਵਜੇ 2:30 ਵਜੇ 3 ਵਜੇ ਜ਼ਿਆਦਾ ਠਗਾਈ ਨਹੀਂ ਸਾਡੀ
ਡੰਡੀ ਨਾ ਛੇੜੀ ਬਾਬਾ ਜੀ, ਇੱਕ ਦਿਨ ਕੀ ਕੀਤਾ ਮੇਰੇ ਨਾਲ ਜੀ? ਬਹੁਤ ਅੱਗਾ ਮੈਂ ਨਾ ਪਾਇਆ ਮਨਸੂਰ ਮਲੰਗ ਜੀ, ਇਹਦੇ ਲੜ ਗਿਆ ਭੂਤ ਉੱਥੇ ਡੰਡੀ ਦੇ ਨਾਲ ਹੀ ਦੱਸਿਆ ਬਾਬਾ ਜੀ, ਇੱਡਾ ਸੌਦਾ ਹੈਗਾ ਮੈਨੂੰ ਕਹੇ ਮੋਟਰਸਾਈਕਲ ਚਲਾ, ਮੈਂ ਕਿਹਾ ਮੋਟਰ ਨਹੀਂ ਬਣਾਉਣੀ ਪੂਰਾ ਅਗਲਾ ਬਣਾਈ, ਬੰਦ ਕਰਦੇ ਬੰਦ ਕਰਦੇ, ਦੁਬਾਰਾ ਬਣਾਈ ਉਹ ਪਏ, ਹੋਰ ਸਿਲੰਡਰ ਪਏ ਆ, ਦੁਬਾਰਾ ਬੋਰਿੰਗ ਦੀ ਉਹ ਇੱਕ ਹੋਰ ਕਰਨ ਲੱਗੇ, ਉਸ ਤੋਂ ਬਾਅਦ ਤੂੰ ਕਰ ਲਈ ਦੇ ਜ਼ਰਾ, ਠੀਕ ਆ
ਲੈ ਤੇ
ਇੱਧਰ ਆ ਜਾ ਠੀਕਾ ਲੈ ਨਾ ਘੈਂਟ ਦਾਰਾ ਅੱਗੇ ਟਾਈਮ ਕਰਾ ਰਹੀ ਹੈ ਨਾ ਅੱਛਾ ਉਹ ਵੀ ਨਾਲ ਆਣੀ ਹੈ ਉਹ ਵੀ ਨਾਲ ਬਾਹਰ ਆਣੀ ਉਰੇ ਕਰ ਲਈਏ ਬਾਹਰ ਚਲਾ ਗਿਆ ਡੱਬੀ ਦਾ ਆਣਾ ਤੇਰਾ ਇਨਸ਼ਾਅੱਲਾ ਓਕੇ ਮੈਂ ਦੇਖੀ ਨੇ ਉਹਦੇ ਕੋਲ
ਆਪਾਂ ਠੀਕ ਕਰਦੇ ਹਾਂ।